भाई बलजीत सिंह दादूवाल सिख संगतां दे नाल सतगुरु का शुकराना करन अते गुरु का आशीर्वाद प्राप्त करने लई सचखंड श्री दरबार साहब अते श्री अकाल तख्त साहब श्री अमृतसर साहब जी विखे दर्शन लई गुरद्वारा दादू साहब तो अरदास करके रवाना होए। इस दौरान धर्मपुरा सिंहपुरा संगत खुरद खंडा चौंक भागीवंदर जीवन सिंह वाला कोट शमीर बठिंडा गुनियाणा मंडी हर रायपुर जंडवाला बाड़ा भाईका बरगाड़ी कोटपुरा टैणा मदक्की कोट करोड़ तलवंडी भाई जीरा डेरा कार सेवा रसूलपुर नहरा श्री तरन तारण साहब विखे भाई दादूवाल सिख संगत जथेबंदियों संत महापुरशों वालों उन्होंने सरोपा पा के सन्मानित भी किया गया। इस उपरंत भाई बलजीत सिंह दादूवाल हरिमंदर साहब विखे नतमस्तक होए ते गुरु घर दीआं असीसां प्राप्त कीतीआं। हरियाणा सिख गुरद्वारा प्रबंधक कमेटी 2014 विच हरियाणा सरकार ने हरियाणा स्टेट विच इतिहासक गुरद्वारिआं दी सेवा संभाल लई बनाई सी और 6 साल हो गए इस कमेटी नूं। जिस वेले कुछ गुरद्वारिआं दा प्रबंध संभालिआ सी तां श्रोमणी गुरद्वारा प्रबंधक कमेटी दे नुमाइंदिआं ने सुप्रीम कोर्ट दे विच केस कीता सी, जिस करके स्टेटस को हो गया सी। कुछ गुरद्वारिआं ते प्रबंध हरियाणा सिख गुरद्वारा प्रबंधक कमेटी कर रही है ते बाकी गुरद्वारिआं ते श्रोमणी गुरद्वारा प्रबंधक कमेटी कम कर रही है। सुप्रीम कोर्ट दा स्टेटस को है। पिछले तकरीबन 1.5-2 सालां तो हरियाणा कमेटी कौमां च चले गई सी, जिस करके सारे हरियाणा दे वर्कर कमेटी दे मैंबर नाराज सन। तो उन्हां सारे मैंबर साहबाना ने ਮੈਨੂੰ ਹੁਕਮ ਲਾਇਆ 13 ਜੁਲਾਈ ਨੂੰ ਸਰਬਸੰਮਤੀ ਦੇ ਨਾਲ ਜਰਨਲ ਹਾਊਸ ਨੇ ਮੈਨੂੰ ਕਾਰਜਕਾਰੀ ਪ੍ਰਧਾਨ ਮੇਰੇ ਮਨ੍ਹਾ ਕਰਨ ਦੇ ਬਾਵਜੂਦ ਵੀ ਬਣਾਇਆ ਕਿ ਤੁਹਾਡੇ ਤੋਂ ਇਹ ਸੇਵਾ ਲੈਣੀ ਹੈ। ਮੈਂ ਸਾਰੇ ਮੈਂਬਰ ਸਾਹਿਬਾਨਾਂ ਦਾ ਹੁਕਮ ਸਿਰ ਮੱਥੇ ਮੰਨਦੇ ਹੋਏ 1 ਮਹੀਨੇ ਦੇ ਵਾਸਤੇ ਕਾਰਜਕਾਰੀ ਪ੍ਰਧਾਨ ਦੀ ਸੇਵਾ 13 ਅਗਸਤ ਤੱਕ ਨਿਭਾ ਰਿਹਾ ਸੀ। 13 ਅਗਸਤ ਨੂੰ ਮੈਂ ਇਲੈਕਸ਼ਨ ਦਾ ਐਲਾਨ ਕੀਤਾ ਸੀ ਕਿ ਸਾਰੇ ਮੈਂਬਰ ਸਾਹਿਬਾਨ ਆਪਣੀ ਮਰਜ਼ੀ ਦਾ ਪ੍ਰਧਾਨ ਜਿਹੜਾ ਮੁੱਖ ਸੇਵਾਦਾਰ ਉਹ ਚੁਣ ਲੈਣ, ਪਰ ਇਹਨਾਂ ਸਾਰੇ ਮੈਂਬਰ ਸਾਹਿਬਾਨਾਂ ਨੇ ਫਿਰ ਮੇਰੇ ਕੋਲ ਗੁਰਦੁਆਰਾ ਦਾਦੂ ਸਾਹਿਬ ਵਿਖੇ ਪਹੁੰਚ ਕੇ ਹੁਕਮ ਕੀਤਾ। ਤਾਂ ਇਹ ਸਾਰੇ ਮੈਂਬਰ ਸਾਹਿਬਾਨਾਂ ਨੇ ਵਾਰ ਵਾਰ ਕਹਿਣ 'ਤੇ ਮੈਂ ਇਹਨਾਂ ਦਾ ਹੁਕਮ ਸਿਰ ਮੱਥੇ 'ਤੇ ਮੰਨਦੇ ਹੋਏ ਦੁਬਾਰਾ ਜਿਹੜਾ ਸੀਗਾ 13 ਤਰੀਕ ਦਾ ਇਲੈਕਸ਼ਨ ਜਿਹੜਾ ਸੀ ਇਹ ਸਾਰੇ ਮੈਂਬਰ ਸਾਹਿਬਾਨਾਂ ਨੇ ਮੈਨੂੰ ਜਿਤਾਇਆ। ਵੱਡੀ ਗੱਲ ਸੀ ਇਸ ਇਲੈਕਸ਼ਨ ਦੀ, ਸਾਰੇ ਮੈਂਬਰ ਸਾਹਿਬਾਨਾਂ ਮੇਰੇ ਕੋਲ ਆ ਕੇ ਕਿਹਾ ਕਿ ਤੁਸੀਂ ਕਿਸੇ ਕੋਲ ਵੋਟ ਮੰਗਣ ਨਹੀਂ ਜਾਣਾ। ਮੈਨੂੰ 1 ਵੀ ਮੈਂਬਰ ਦੇ ਘਰ ਵੋਟ ਮੰਗਣ ਜਾਣਾ ਨਹੀਂ ਪਿਆ। ਮੇਰਾ ਜਿਹੜਾ ਵਿਰੋਧੀ ਖੜਾ ਹੋਇਆ ਸੀ, ਕਿਉਂਕਿ ਪਹਿਲਾਂ ਤਾਂ ਸਰਬਸੰਮਤੀ ਨਾਲ ਮੈਨੂੰ ਬਣਾਇਆ, ਫਿਰ ਕੁਝ ਜਿਹੜੇ ਬਾਦਲ ਦਲ ਦੇ SGPC ਦੇ ਮੈਂਬਰ ਸਨ 3 ਜਿਨ੍ਹਾਂ ਨੇ ਪਹਿਲਾਂ 2012 ਦੇ ਵਿੱਚ ਹਰਿਆਣਾ 'ਚ ਇਲੈਕਟਡ ਮੈਂਬਰ ਬਣੇ ਸੀ, 2014 'ਚ ਕਮੇਟੀ ਬਣਨ ਵੇਲੇ ਉੱਧਰ ਚਲੇ ਗਏ, ਨੋਮੀਨੇਟ ਹੋ ਗਏ ਸੀ, ਪਰ ਜਦੋਂ ਸਹਿਜਧਾਰੀ ਮਸਲਾ ਕੋਰਟ ਦੇ ਵਿੱਚੋਂ ਹੱਲ ਹੋਇਆ ਤਾਂ ਫਿਰ ਉਹ ਮੈਂਬਰ ਹਰਿਆਣਾ ਕਮੇਟੀ ਦੇ ਐਕਟ ਨੂੰ ਡੈਮੇਜ ਕਰਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੀ ਆ ਕੇ ਸਹੁੰ ਚੱਕ ਲਈ ਸੀ। ਉਸ ਵੇਲੇ ਤੋਂ ਹੁਣ ਤੱਕ ਉਹ ਕਦੇ ਵੀ ਹਰਿਆਣਾ ਕਮੇਟੀ ਦੀ ਕਿਸੇ ਕਾਰਵਾਈ ਦਾ ਹਿੱਸਾ ਨਹੀਂ ਸੀ ਰਹੇ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਸਾਥੀਆਂ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਬਲਜੀਤ ਸਿੰਘ ਦਾਦੂਵਾਲ ਨੂੰ ਇੱਥੇ ਸੇਵਾ ਨਹੀਂ ਨਿਭਾਉਣ ਦੇਣੀ, ਪਰ ਮੇਰੇ ਮੈਂਬਰ ਸਾਹਿਬਾਨਾਂ ਨੇ ਆਪ ਕੰਪੇਨ ਕੀਤੀ। ਮੇਰਾ ਵਿਰੋਧੀ ਜਿਹੜਾ ਵੀਰ ਮੈਂਬਰ ਖੜਾ ਕੀਤਾ ਸੀ ਪ੍ਰਧਾਨਗੀ ਦਾ, ਉਹ 3-3, 4-4 ਵਾਰ ਸਾਰੇ ਮੈਂਬਰਾਂ ਦੇ ਘਰਾਂ ਦੇ ਵਿੱਚ ਗਿਆ, ਪਰ ਜਿੰਨੇ ਮੈਂਬਰ ਸਾਹਿਬਾਨ ਸਨ ਉਹਨਾਂ ਨੇ ਧੜੇ ਨਾਲੋਂ ਧਰਮ ਨੂੰ ਪਹਿਲ ਦਿੱਤੀ। ਹਰਿਆਣਾ ਕਮੇਟੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ, ਧਰਮ ਪ੍ਰਚਾਰ ਨੂੰ ਚਲਾਉਣ ਲਈ ਉਹਨਾਂ ਨੇ ਮੇਰੇ ਹੱਕ ਵਿੱਚ ਫਤਵਾ ਦਿੱਤਾ ਔਰ 13 ਅਗਸਤ ਨੂੰ ਇਹ ਜਿਹੜੀ ਸੇਵਾ ਸੀ ਮੈਨੂੰ ਸੌਂਪੀ। ਅਸੀਂ ਅੱਜ ਗੁਰਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਡਿਸਟ੍ਰਿਕਟ ਸਿਰਸਾ ਹਰਿਆਣਾ ਤੋਂ ਇੱਕ ਦਰਸ਼ਨ ਵਿਲਾਸੀ ਕਾਫਲਾ ਲੈ ਕੇ ਗੁਰੂ ਦਾ ਸ਼ੁਕਰਾਨਾ ਕਰਨ ਕਿ ਅਮਨ ਅਮਾਨ ਦੇ ਨਾਲ ਇਹ ਇਲੈਕਸ਼ਨ ਹੋਈ ਆ, ਸੇਵਾ ਬਖਸ਼ੀ ਆ, ਗੁਰੂ ਦਾ ਸ਼ੁਕਰਾਨਾ ਕਰੀਏ ਅਤੇ ਗੁਰੂ ਦਾ ਆਸ਼ੀਰਵਾਦ ਲਈਏ। ਸਵੇਰੇ ਅੱਜ ਗੁਰਦੁਆਰਾ ਦਾਦੂ ਸਾਹਿਬ ਤੋਂ ਅਸੀਂ ਰਵਾਨਾ ਹੋਏ ਸੀ, ਜਿਹਦਾ ਪੂਰੇ ਹਰਿਆਣਾ ਫਿਰ ਪੰਜਾਬ ਮਾਝਾ ਮਾਲਵਾ ਸਾਰੀ ਜਗ੍ਹਾ 'ਤੇ ਬਹੁਤ ਵੱਡਾ ਸਨਮਾਨ ਹੋਇਆ। ਜਿਉਂ ਅਸੀਂ ਤੁਰੇ ਗੁਰਦੁਆਰਾ ਦਾਦੂ ਸਾਹਿਬ ਤੋਂ ਧਰਮਪੁਰਾ ਸਿੰਘਪੁਰਾ ਅਤੇ ਉਹਨਾਂ ਪੁਜਾਰੀਆਂ ਤਖ਼ਤ ਸ੍ਰੀ ਦਮਦਮਾ ਸਾਹਿਬ, ਫਿਰ ਭਾਗੀਵਾਂਦਰ ਜੀਵਨ ਸਿੰਘ ਵਾਲਾ ਕੋਟ ਸ਼ਮੀਰ ਬਠਿੰਡੇ 'ਚ 4 ਥਾਵਾਂ 'ਤੇ, ਫਿਰ ਗੋਨਿਆਣਾ, ਫਿਰ ਰਾਹ 'ਚ ਬਹੁਤ ਥਾਵਾਂ 'ਤੇ ਬਹੁਤ ਵੱਡੇ ਸੰਗਤਾਂ ਨੇ ਸਨਮਾਨ ਕੀਤੇ ਆ। ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਸਾਰੇ ਜ਼ਿਲ੍ਹੇ ਨੇ ਇਕੱਠੇ ਹੋ ਕੇ ਸਾਂਝਾ ਸਨਮਾਨ ਕੀਤਾ। ਫਿਰ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਝੀਤੇ ਕਲਾਂ ਗੁਰਦਾਸਪੁਰ ਦੀਆਂ ਸੰਗਤਾਂ ਨੇ ਆ ਕੇ ਮੁੱਖ ਗੇਟ ਦੇ ਕੋਲ ਸਵਾਗਤ ਕੀਤਾ। ਹੁਣ ਇੱਥੇ ਦਰਬਾਰ ਸਾਹਿਬ ਪਹੁੰਚੇ ਹਾਂ, ਸਾਹਮਣੇ
ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਧੰਨ ਗੁਰੂ ਰਾਮਦਾਸ ਦਾ ਦਾਰਿਆ ਦਰਸ਼ਨ ਕਰਨ ਆਏ ਇੱਥੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ, ਭਾਈ ਮੋਕਮ ਸਿੰਘ ਜੀ, ਭਾਈ ਡਾਕਟਰ ਮਨਜੀਤ ਸਿੰਘ ਜੀ ਭੋਮਾ, ਭਾਈ ਸਰਬਜੀਤ ਸਿੰਘ ਜੀ ਜੰਮੂ, ਇਹਨਾਂ ਦੇ ਸਾਰੇ ਸਾਥੀਆਂ ਨੇ ਇੱਥੇ ਸਵਾਗਤ ਕੀਤਾ। ਸਰਦਾਰ ਜੱਸਾ ਸਿੰਘ ਮੰਡਿਆਲਾ, ਇਸੇ ਤਰ੍ਹਾਂ ਬੁੱਟਰਾਂ ਤਰਦੇਹੋਂ ਨਗਰਾਂ ਤੋਂ ਭਾਈ ਮੰਗੂ ਸਿੰਘ ਸਰਪੰਚ ਸਾਹਿਬ, ਉਹਨਾਂ ਦੇ ਸਾਰੇ ਸਾਥੀ, ਹੋਰ ਬਹੁਤ ਸਾਰੀਆਂ ਥਾਵਾਂ ਤੋਂ ਜੇ ਮੈਂ ਨਾਂ ਲਵਾਂ ਲਿਸਟ ਬੜੀ ਲੰਬੀ ਹੁੰਦੀ ਆ। ਇੱਥੇ ਸੰਗਤਾਂ ਨੇ, ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ, ਇਹਨਾਂ ਸਾਰਿਆਂ ਨੇ, ਫੈਡਰੇਸ਼ਨ ਵਾਲੇ ਵੀਰਾਂ ਨੇ ਇੱਥੇ ਬਹੁਤ ਵੱਡਾ ਸਵਾਗਤ ਕੀਤਾ। ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਇਹਨਾਂ ਦਾ ਧੰਨਵਾਦ ਕਰਦਾ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਅਮਰਜੀਤ ਸਿੰਘ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।